दिल्ली पुलिस ने 9 जून को राष्ट्रपति भवन के विच होने वाले सहुं चुक समागम लई सुरक्षा के सख्त प्रबंध किए ने। खुफिया एजेंसियां हथियारबंद बलों के तालमेल नाल जमीन तो लैके आसमान तक सख्त सुरक्षा होगी। सुरक्षा प्रबंध बिल्कुल G20 सम्मेलन वांग ने। इस दिल्ली पुलिस सुरक्षा यूनिट के विशेष कमिश्नर दीपेंद्र पाठक 4 दिनों तो SPG और केंद्रीय एजेंसियों नाल मीटिंग कर रहे हैं। घुसपेट चेतावनी प्रणाली और चेहरे की पछाण प्रणाली की वरतों करने तो लैके गुप्त स्नाइपर ਦੀ ਤਾਇਨਾਤੀ ਹੋਵੇਗੀ। ਸੌਚਕ ਸਮਾਗਮ ਦੇ ਵਿੱਚ ਦੱਖਣੀ ਏਸ਼ੀਆ ਦੇ ਚੋਟੀ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਸਮੇਤ ਕਈ ਦੇਸ਼ਾਂ ਦੇ ਨੇਤਾ ਪਹਿਲਾਂ ਹੀ ਆਪਣੀ ਮੌਜੂਦਗੀ ਦਾ ਭਰੋਸਾ ਦੇ ਚੁੱਕੇ ਨੇ। ਦਿੱਲੀ ਪੁਲਿਸ ਲਈ ਚੁਣੌਤੀ ਉਹਨਾਂ ਹੋਟਲ ਦੀ ਸੁਰੱਖਿਆ ਜਿੱਥੇ ਰਾਜ ਦੇ ਮੁਖੀ ਅਤੇ ਪਤਵੰਤੇ ਠਹਿਰਦੇ ਨੇ। 4 ਹੋਟਲ ਤਾਜ, ਮੌਰੀਆ, ਲੀਲਾ ਅਤੇ ਓਬਰਾਏ ਨੂੰ ਭਾਰੀ ਸੁਰੱਖਿਆ ਘੇਰੇ ਵਿੱਚ ਰੱਖਿਆ ਗਿਆ। ਪ੍ਰਬੰਧਾਂ ਦੀਆਂ ਬਰੀਕੀਆਂ 'ਤੇ ਚਰਚਾ ਕੀਤੀ ਗਈ ਹੈ। ਸੋ ਪੁਲਿਸ ਹੈੱਡਕੁਆਰਟਰਸ ਵਿਖੇ ਇੱਕ ਵਿਸਤ੍ਰਿਤ ਦਿਮਾਗੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਸੋ ਪ੍ਰੋਪਰ ਸੁਰੱਖਿਆ G20 ਸੰਮੇਲਨ ਵਰਗੀ ਹੋਵੇਗੀ। DCP ਰੈਂਕ ਦੇ ਅਧਿਕਾਰੀ ਦੇ ਮੁਤਾਬਕ ਮੀਟਿੰਗ ਦੇ ਵਿੱਚ G20 ਦੌਰਾਨ ਅਪਣਾਏ ਗਏ ਉਪਾਵਾਂ ਨੂੰ ਦੁਹਰਾਉਣ ਦਾ ਫੈਸਲਾ ਕੀਤਾ ਗਿਆ। ਇਸ ਦਾ ਮਤਲਬ ਹਰ ਹੋਟਲ ਦੇ ਵਿੱਚ ਜਿੱਥੇ ਵਿਦੇਸ਼ੀ ਰਾਜ ਦਾ ਮੁਖੀ ਠਹਿਰੇ ਗਏ ਉੱਥੇ DCP ਰੈਂਕ ਦਾ ਸਥਾਨ ਕਮਾਂਡਰ ਵੀ ਹੋਵੇਗਾ। ਉਹ ਸਪੈਸ਼ਲ ਕਮਿਸ਼ਨਰ ਰੈਂਕ ਦੇ ਜ਼ੋਨਲ ਕਮਾਂਡਰਾਂ ਨੂੰ ਰਿਪੋਰਟ ਕਰਨਗੇ, ਜਦਕਿ ਖੁਫੀਆ ਅਧਿਕਾਰੀ ਅਤੇ ਆਪਣੇ ਵਿਦੇਸ਼ੀ ਹਮਰੁਤਬਾ ਨਾਲ ਤਾਲਮੇਲ ਕਰ ਰਹੇ ਨੇ, ਜੋ ਆਪਣੇ ਪਤਵੰਤਿਆਂ ਦੀ ਜਿਹੜੀ ਤੁਰੰਤ ਸੁਰੱਖਿਆ ਦਾਇਰੇ ਦਾ ਗਠਨ ਕਰਨਗੇ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਵੇਖਦੇ ਰਹੋ ਲੁਧਿਆਣਾ।